ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਇੱਕ ਵਾਰੀ ਫੇਰ ਬਹੁਤ ਇੰਪੋਰਟੈਂਟ ਪ੍ਰੋਗਰਾਮ ਕਰਾਂਗੇ ਜਸਮੀਤ ਪਾਟਿਆ ਜੀ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਸਾਡੇ ਨਾਲ ਮੌਜੂਦ ਨੇ ਅੱਜ ਵੀ ਵਿਦਿਆਰਥੀ ਉਹਨਾਂ ਨੂੰ ਮਿਲ ਸਕਦੇ ਨੇ 90413 90412 ਤੇ ਅਪਾਇੰਟਮੈਂਟ ਬਣਾ ਸਕਦੇ ਨੇ ਪ੍ਰੋਫਾਈਲ ਭੇਜ ਸਕਦੇ ਨੇ ਪਰ ਅੱਜ ਵਿਸ਼ਾ ਬੜਾ ਅਹਿਮ ਹੈ ਜਨੂਰੀ ਇਨਟੇਕ ਲਈ ਜਨੂਰੀ 22 ਲਈ ਮਈ 22 ਲਈ ਔਰ ਸੈਪਟੈਂਬਰ 2022 ਦੇ ਲਈ ਕਿ ਜਿਹੜੇ ਜਨੂਰੀ 222 ਦੇ ਇਨਟੇਕ ਨੇ ਤਿੰਨ ਵੱਡੇ ਇਨਟੇਕ ਨੇ ਇਹਨਾਂ ਦੇ ਵਿੱਚ PTE ਦੇ ਨਾਲ ਸਟੂਡੈਂਟਸ ਦਾ ਫਿਊਚਰ ਕੀ ਰਹੇਗਾ ਇਹ ਸਵਾਲ ਵੀ ਬਹੁਤ ਵੱਡਾ ਹੈ ਔਰ ਇਹਦੇ ਵੱਖ-ਵੱਖ ਪੁਆਇੰਟਸ ਨੇ ਜਿਹੜੇ ਉਹ ਸਾਂਝੇ ਕਰਾਂਗੇ ਕਿਉਂਕਿ ਪਿਛਲੇ ਸਮੇਂ ਆ ਚ PTE ਤੇ ਰਿਜ਼ਲਟ ਆਏ ਨਹੀਂ ਹੁਣ ਕੀ ਵਿਦਿਆਰਥੀ IELTS ਨੂੰ ਫੋਕਸ ਕਰਨ ਜਾਂ ਜਿਹੜੇ PTE ਕਰਨਾ ਚਾਹੁੰਦੇ ਨੇ ਜਾਂ PTE ਕਰ ਚੁੱਕੇ ਨੇ ਜਾਂ ਕਰ ਰਹੇ ਨੇ ਕਿ ਉਹਨਾਂ ਲਈ ਵੀ ਸੰਭਾਵਨਾਵਾਂ ਨੇ ਕਿ ਉਹ ਅਗਲੇ ਇਨਟੇਕਸ ਦੇ ਵਿੱਚ ਚੰਗਾ ਸਕੋਰ ਕਰ ਸਕਦੇ ਨੇ ਵੀਜ਼ਾ ਹਾਸਲ ਕਰ ਸਕਦੇ ਨੇ ਇਹਨਾਂ ਸੰਭਾਵਨਾਵਾਂ ਤੇ ਗੱਲ ਕਰਾਂਗੇ ਜਸਮੀਤ ਜੀ ਸਾਡੇ ਨਾਲ ਨੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਰ ਥੈਂਕ ਯੂ ਸੋ ਮਚ ਸਰ ਸਤਿ ਸ਼੍ਰੀ ਅਕਾਲ ਜਸਮੀਤ ਜੀ ਜਨੂਅਰੀ ਇਨਟੇਕ ਮਈ ਇਨਟੇਕ ਸੈਪਟੈਂਬਰ ਇਨਟੇਕ ਪੀਟੀ ਵਾਲੇ ਸਟੂਡੈਂਟਸ ਦਾ ਫਿਊਚਰ ਕੀ ਹੈ ਤੇ ਕਿਵੇਂ ਹੈ ਸੋ ਦੇਖੋ ਪੀਟੀ ਵਾਲੇ ਸਟੂਡੈਂਟਸ ਨੂੰ ਵੀਜ਼ਾ ਪਿੱਛੇ ਵੀ ਮਿਲਦੇ ਆਏ ਨੇ ਔਰ ਮੈਂ ਸਟੂਡੈਂਟਸ ਨੂੰ ਕਹਾਂਗਾ ਕਿ ਪੀਟੀ ਦੇ ਨਾਲ ਬਹੁਤ ਸਾਰੇ ਸਟੂਡੈਂਟਸ ਆਲਰੇਡੀ ਕੈਨੇਡਾ ਗਏ ਨੇ ਅੱਜ ਦਾ ਹੀ ਐਗਜ਼ਾਮਪਲ ਲ ਲਈ ਅੱਜ ਇੱਕ ਮੈਂ ਸਟੂਡੈਂਟ ਨੂੰ ਮਿਲਿਆ ਜਿਹੜਾ ਕਿ ਨਿਊਜ਼ੀਲੈਂਡ ਤੋਂ ਪੜ੍ਹ ਕੇ ਆਇਆ ਹੋਇਆ ਸੀ ਔਰ ਉਹਨੇ ਪੀਟੀ ਕੀਤੀ ਸੀ ਨਿਊਜ਼ੀਲੈਂਡ ਵਿੱਚ ਹੀ ਐਂਡ ਉਹਨੂੰ ਕੀ ਕਹਿੰਦੇ ਆ ਪੀਟੀ ਦੇ ਨਾਲ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਵੀਜ਼ਾ ਮਿਲ ਗਿਆ ਔਰ ਇੱਕ ਹੋਰ ਸਟੂਡੈਂਟ ਦੀ ਕੁਐਰੀ ਸੀ ਅੱਜ ਦੇ ਲਾਈਵ 'ਚ ਸਾਡੇ ਕਿ ਉਹ ਪੀਟੀ ਦੇ ਨਾਲ ਨਿਊਜ਼ੀਲੈਂਡ ਜਾਣਾ ਚਾਹੁੰਦਾ ਸੀ ਪਰ ਉਹ ਨਿਊਜ਼ੀਲੈਂਡ ਨਹੀਂ ਜਾ ਰਿਹਾ ਪਰ ਹੁਣ ਉਹ ਕੈਨੇਡਾ ਲਈ ਅਪਲਾਈ ਕਰਨਾ ਚਾਹੁੰਦਾ ਸੋ ਪੀਟੀ 60 ਇਜ਼ ਅ ਵੈਰੀ ਗੁੱਡ ਸਕੋਰ ਬਟ ਪੀਟੀ 54 ਤੋਂ ਉੱਤੇ ਜੇ ਤੁਹਾਡੇ ਹੈਗੇ ਆ ਤਾਂ ਤੁਸੀਂ ਪੀਟੀ 54 ਦੇ ਨਾਲ ਲਾ ਸਕਦੇ ਹੋ ਬਟ 54 55 ਅਬਵ ਇਜ਼ ਅ ਗੁੱਡ ਸਕੋਰ ਜੇ 60 61 65 ਹੈ ਤਾਂ ਦੈਟ ਇਜ਼ ਵੈਰੀ ਗੁੱਡ ਸਕੋਰ ਬਟ ਪੀਟੀ ਚ ਮੈਂ ਸਟੂਡੈਂਟਸ ਨੂੰ ਕਹਾਂਗਾ ਕਿ ਜਿਹੜੇ ਮੇਨ ਸਿਟੀਜ਼ ਐ ਉਹਨਾਂ ਨੂੰ ਅਵੋਇਡ ਕੀਤਾ ਜਾਏ ਕਿਉਂਕਿ ਯੋਰ ਕੇਸ ਇਜ਼ ਨੋਨ ਐਸਡੀਐਸ ਸੋ ਮੇਰੀ ਸਾਰੇ ਸਟੂਡੈਂਟਸ ਨੂੰ ਇਹੀ ਐਡਵਾਈਸ ਰਹੇਗੀ ਕਿ ਪੀਟੀਈ ਜਦੋਂ ਤੁਸੀਂ ਕਰ ਲੈਂਦੇ ਹੋ ਤਾਂ ਜਿਹੜੇ ਮੇਨ ਸਿਟੀਜ਼ ਹੈਗੇ ਆ ਉਹਨਾਂ ਨੂੰ ਥੋੜਾ ਜਿਹਾ ਅਵੋਇਡ ਕੀਤਾ ਜਾਏ ਬਿਕਾਜ਼ ਯੋਰ ਪ੍ਰੋਫਾਈਲ ਇਜ਼ ਨੋਨ ਐਸਡੀਐਸ ਮੈਂ ਇਹ ਚੀਜ਼ ਰਿਪੀਟ ਕਰ ਰਿਹਾ ਕਿ ਡੂ ਨਾਟ ਕਨਸੀਡਰ ਯੋਰself ਭਾਵੇਂ 7 ਬੈਂਡ ਆ ਯੂ অর ਫਾਈਲ ਵਿਲ ਬੀ ਕਨਸੀਡਰਡ ਅੰਡਰ ਨਾਨ ਐਸਡੀਐਸ ਕੈਟਾਗਰੀ ਓਨਲੀ ਸੋ ਥੋੜਾ ਜਿਹਾ ਉਰਾ ਪਰਾ ਸ਼ਹਿਰਾਂ ਵਿੱਚ ਆਪਾਂ ਅਪਲਾਈ ਕਰੀਏ ਬਾਕੀ ਉਹ ਕੈਨੇਡਾ ਵਿੱਚ ਕੰਮ ਹੈਗਾ ਕੰਮ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਮੇਰੇ ਬਹੁਤ ਸਾਰੇ ਸਟੂਡੈਂਟ ਜਿਹੜੇ 5 ਸਤੰਬਰ ਨੂੰ ਪਹੁੰਚੇ 7 ਸਤੰਬਰ ਨੂੰ ਕੈਨੇਡਾ ਪਹੁੰਚੇ ਉਹਨਾਂ ਦਾ ਫੀਡਬੈਕ ਬੜਾ ਹੀ ਪੋਜ਼ਿਟਿਵ ਸੀ ਕਿਸੇ ਨੂੰ ਤੀਜੇ ਦਿਨ ਜੌਬ ਮਿਲ ਗਈ ਕਿਸੇ ਨੂੰ ਚੌਥੇ ਦਿਨ ਜੌਬ ਮਿਲ ਗਈ ਐਂਡ ਬੜਾ ਵਧੀਆ ਲੱਗਦਾ ਕਿ ਜਦੋਂ ਸਟੂਡੈਂਟਸ ਨੂੰ ਜੌਬ ਮਿਲ ਜਾਂਦੀ ਔਰ ਸਾਨੂੰ ਰੈਫਰੈਂਸ ਸੈਂਡ ਕਰਦੇ ਆ ਸੋ ਸਟੂਡੈਂਟਸ ਲੈਂਡਮਾਰਕ ਇਮੀਗ੍ਰੇਸ਼ਨ ਦਾ ਜਿਹੜਾ ਪਰਪਸ ਹੈਗਾ ਉਹ ਰੈਫਰੈਂਸ ਬੇਸ ਹੀ ਹੈਗਾ ਸੋ ਜੇ ਤੁਹਾਡਾ ਵੀਜ਼ਾ ਸਾਡੇ ਤੋਂ ਲੱਗਦਾ ਔਰ ਦੱਸਦੇ ਹੋ ਕਿ ਤੁਹਾਨੂੰ ਸਿੱਕ ਸਹੀ ਸਰਵਿਸ ਮਿਲੀ ਇੱਕ ਸਹੀ ਸਲਾਹ ਮਿਲੀ ਤਾਂ दैट ਸਾਡਾ ਪਰਪਸ ਸੋਲਵ ਹੋ ਜਾਂਦਾ ਔਰ ਜੇ ਤੁਸੀਂ ਸਾਡੇ ਆਫਿਸ ਵਿਜ਼ਿਟ ਕਰਦੇ ਹੋ ਸਾਡੇ ਟ੍ਰੇਨਰਸ ਜਾਂ ਕਾਉਂਸਲਰਸ ਜਾਂ ਸਾਡੀ ਟੀਮ ਨੂੰ ਸਿਰਫ ਇਹੀ ਚੀਜ਼ ਦੱਸੀ ਜਾਂਦੀ ਹੈ ਕਿ ਤੁਹਾਡਾ ਫਾਇਦਾ ਇਜ਼ ਆਰ ਬੈਨੀਫਿਟ ਮਤਲਬ ਕਿ ਜੇ ਤੁਹਾਡਾ ਫਾਇਦਾ ਹੋਏਗਾ ਤਾਂ ਹੀ ਸਾਡਾ ਫਾਇਦਾ ਹੈ ਆਦਰਵਾਈਜ਼ ਸਾਡਾ ਕੋਈ ਵੀ ਫਾਇਦਾ ਨਹੀਂ ਹੈਗਾ ਸੋ ਪੀਟੀ ਵਾਲੇ ਸਟੂਡੈਂਟ ਜਿਹੜੇ ਜਨਵਰੀ ਮਈ ਜਾਂ ਸਪਟੰਬਰ 2022 ਚ ਅਪਲਾਈ ਕਰਨਾ ਚਾਹੁੰਦੇ ਆ ਸੋ ਮੈਂ ਉਹਨਾਂ ਨੂੰ ਕਹਾਂਗਾ ਕਿ ਦਾ ਫਿਊਚਰ ਇਜ਼ ਬ੍ਰਾਈਟ ਆਉਣ ਵਾਲੇ ਸਮੇਂ ਵਿੱਚ ਵੀਜ਼ਾ ਬਹੁਤ ਵੱਡੇ ਪੱਧਰ ਤੇ ਮਿਲਨੇ ਚਾਹੀਦੀ ਹੈ बिकॉज ਅੱਜ ਦੀ ਰੇਟ ਤੇ ਜ਼ਰੂਰ ਰਿਫਿਊਜ਼ ਲ ਆ ਰਹੀਆਂ ਨੇ ਬਟ ਆਉਣ ਵਾਲੇ ਟਾਈਮ ਚ ਅਪਰੂਵ ਲਾਂ ਵੀ ਬਹੁਤ ਵੱਡੇ ਪੱਧਰ ਤੇ ਆਣ ਗਿਆ ਕਿਉਂਕਿ ਜੋ ਕੈਨੇਡਾ ਦੀ ਪਾਲਿਸੀ ਸੀ ਉਹ ਸੈੱਟ ਹੋ ਚੁੱਕੀਆਂ ਔਰ ਆਉਣ ਵਾਲੇ ਟਾਈਮ ਚ ਕੋਵਿਡ ਦਾ ਡਰ ਵੀ ਖਤਮ ਹੋਣ ਵਾਲਾ ਬਿਲਕੁਲ ਠੀਕ ਹੈ ਜੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਹੀ ਬਹੁਤ ਵੱਡੀ ਸੰਭਾਵਨਾ ਜਿਹੜੀ ਹੈ ਉਹ ਬਣ ਸਕਦੀ ਹੈ ਜਸਮੀਤ ਜੀ ਹੁਣ ਜਦੋਂ ਵਿਦਿਆਰਥੀ ਤਿਆਰੀ ਕਰ ਰਹੇ ਨੇ ਪੀਟੀ ਦੇ ਨਾਲ ਉਹ ਪੀਟੀ ਦੇ ਵਿੱਚ ਕਿੰਨਾ ਕੁ ਆਪਣਾ ਟਾਰਗੇਟ ਰੱਖਣ ਤਾਂ ਕਿ ਉਹਨਾਂ ਨੂੰ ਹਰ ਪ੍ਰੋਵਿੰਸ ਦੇ ਵਿੱਚ ਮੌਕਾ ਮਿਲ ਜੇ ਔਰ ਉਹਨਾਂ ਦਾ ਸਕਸੈਸ ਰੇਟ ਵਧ ਜੇ ਸੋ ਕਾਫੀ ਸਾਰੇ ਕਾਲਜਿਸ ਨੇ ਮੈਂ ਦੇਖਿਆ ਕਿ ਦੋ ਚਾਰ ਕਾਲਜ ਹੈਗੀਆਂ ਜਿਨ੍ਹਾਂ ਦੀ ਜਿਹੜੀ ਐਂਟਰੀ ਰਿਕੁਆਇਰਮੈਂਟ ਔਫ 54 ਹੈ ਔਰ ਜ਼ਿਆਦਾਤਰ ਕਾਲਜਸ ਦੀ ਜਿਹੜੀ ਰਿਕੁਆਇਰਮੈਂਟ ਹੈ 57 58 ਔਰ ਕੁਝ ਕਾਲਜਸ ਦੀ ਰਿਕੁਆਇਰਮੈਂਟ 60 ਵੀ ਹੈਗੀ ਹੈ 60 ਵੀ ਹੈਗੀ ਹੈ ਬਟ ਜਿਹੜਾ ਰਿਜ਼ਲਟ ਹੈਗਾ ਉਹ ਬਹੁਤ ਹੀ ਵਧੀਆ ਆ ਰਿਹਾ ਅੱਲਾਹ ਜੀ ਪਰਸੈਂਟੇਜ ਵੱਲੋਂ ਵੀ ਸਟੂਡੈਂਟਸ ਦੀ ਪਰਸੈਂਟੇਜ ਬਹੁਤ ਵਧੀਆ ਆਈਆਂ ਇਸ ਸਾਲ ਔਰ ਜੇ ਪੀਟੀ ਦੇ ਰਿਜ਼ਲਟ ਵੀ ਦੇਖੀਏ ਤਾਂ ਮੈਨੂੰ ਤਾਂ ਕੋਈ 60 65 ਤੋਂ ਥੱਲੇ ਮਿਲਦਾ ਹੀ ਨਹੀਂ ਪਿਆ ਸੋ so, ਅਬਾਉ 54 ਇਜ਼ ਓਕੇ ਬਟ ਜਿੰਨਾ ਜ਼ਿਆਦਾ ਸਕੋਰ ਹੋਏਗਾ ਦੈਟ ਇਜ਼ ਬੈਟਰ ਸੋ ਜਿਵੇਂ ਆਪਾਂ ਆਇਲੈਟਸ ਤੇ ਵੀ ਕਹਿੰਦੇ ਆ 6 ਇਚ ਵਾਲੇ ਬੱਚੇ ਨਹੀਂ ਹੁਣ ਤਾਂ 6 ਇਚ ਤੋਂ ਉੱਤੇ ਵਾਲੇ ਬੱਚੇ ਵੀ ਚਾਹੀਦੇ ਆ ਬਿਕਾਜ਼ ਰਸ਼ ਜਿਹੜਾ ਹੈਗਾ ਉਹ ਕੈਨੇਡਾ 'ਚ ਵੱਧਦਾ ਜਾ ਰਿਹਾ ਸੋ ਜਿਹੜੀਆਂ ਨੰਬਰ ਆਫ ਅਪਲੀਕੇਸ਼ਨਸ ਆ ਉਹ ਕਿਉਂਕਿ ਆਸਟ੍ਰੇਲੀਆ ਨਿਊਜ਼ੀਲੈਂਡ ਨੇ 2 ਸਾਲ ਤੋਂ ਕੋਈ ਵੀ ਸਟੂਡੈਂਟ ਨਹੀਂ ਲਿਆ ਤਾਂ ਸਾਰੀਆਂ ਅਪਲੀਕੇਸ਼ਨਸ ਕੈਨੇਡਾ 'ਚ ਕਨਵਰਟ ਹੋ ਗਈਆਂ ਔਰ ਰਸ਼ ਜਿਹੜਾ ਹੈਗਾ ਉਹ ਕੈਨੇਡਾ 'ਚ ਵੱਧਦਾ ਜਾ ਰਿਹਾ ਔਰ ਜੇ ਕਿਸੇ ਸਟੂਡੈਂਟ ਨੂੰ ਰਿਫਿਊਜ਼ਲ ਆਈਆ ਉਹਨੂੰ ਮੈਂ ਕਹਾਂ ਰੀਫਾਈਲਿੰਗ ਕਰੋ ਆਪਣਾ ਕੇਸ ਔਰ ਰੀਫਾਈਲ ਕਰਕੇ ਤੁਸੀਂ ਵੀਜ਼ਾ ਲੈ ਸਕਦੇ ਹੋ ਸੋ ਡੈਫੀਨੇਟਲੀ ਜਿੰਨੇ ਵੀ ਸਟੂਡੈਂਟਸ ਜੇ ਮੈਨੂੰ ਮਿਲਣਾ ਚਾਹਦੇ ਆ ਤਾਂ ਮੈਂ ਅੱਜ ਦੀ ਰੇਟ ਚ ਮੋਹਾਲੀ ਆਫਿਸ ਚ 12 ਤੋਂ 3 ਮਿਲ ਰਹੇ ਆ ਔਰ ਜੇ ਮੈਂ ਕਿਸੇ ਹੋਰ ਆਫਿਸ ਟ੍ਰੈਵਲ ਕਰਾਂਗਾ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਆ ਜਾਂ ਇੰਸਟਾਗ੍ਰam ਤੋਂ ਚੈੱਕ ਆਊਟ ਕਰ ਸਕਦੇ ਹੋ ਕਿ ਜੇ ਅਸੀਂ ਟਰੈਵਲ ਕਰ ਰਹੇ ਹਾਂ ਕਿਉਂਕਿ ਨਾਰਮਲੀ ਗੁਰਪ੍ਰੀਤ ਸਾਹਿਬ ਟਰੈਵਲ ਕਰ ਰਹੇ ਹਨ ਔਰ ਮੈਂ ਕੁਝ ਆਨ ਵਾਲੇ ਸਮਾਂ ਚ ਆਪਣੇ ਡਿਫਰੈਂਟ ਡਿਫਰੈਂਟ ਆਫਿਸਿਸ ਤੇ ਵਿਜ਼ਿਟ ਕਰਾਂਗਾ ਔਰ ਤੁਹਾਡੇ ਡਾਊਟਸ ਕਲੀਅਰ ਕਰਾਂਗਾ ਸੋ ਡੈਫੀਨੇਟਲੀ ਜਿੰਨੇ ਵੀ ਸਟੂਡੈਂਟਸ ਜੇ ਤੁਸੀਂ ਮਿਲਣਾ ਚਾਹੁੰਦੇ ਹੋ ਤਾਂ ਕੱਲ 12 ਤੋਂ 3 ਮੈਨੂੰ ਮੋਹਾਲੀ ਆਫਿਸ ਮਿਲ ਸਕਦੇ ਹੋ ਬਿਲਕੁਲ ਜੀ ਸੋ 12 ਤੋਂ 3 ਜਸਮੀਤ ਜੀ ਨੂੰ ਤੁਸੀਂ ਮੋਹਾਲੀ ਆਫਿਸ ਵੀ ਮਿਲ ਸਕਦੇ ਹੋ ਜਸਮੀਤ ਜੀ ਪੀਟੀਈ ਦੇ ਨਾਲ ਕਿਉਂਕਿ ਵਿਦਿਆਰਥੀ ਕੰਸੀਡਰ ਤਾਂ ਨੋਨ ਐਸਜੀਐਸਡੀ ਵਿੱਚ ਹੁੰਦੇ ਨੇ ਸੋ ਪੀਟੀ ਦੇ ਨਾਲ ਕੀ ਜਿਹੜੇ ਚੰਗੇ ਸਰਕਾਰੀ ਕਾਲਜਸ ਨੇ ਅਫੋਰਡੇਬਲ ਫੀਸਸ ਵਾਲੇ ਸਰਕਾਰੀ ਕਾਲਜਸ ਨੇ ਉਹਨਾਂ ਦੇ ਵਿੱਚ ਵੀ ਐਡਮਿਸ਼ਨ ਮਿਲ ਜਾਂਦੀ ਬਿਲਕੁਲ ਪੀਟੀ ਦੇ ਨਾਲ ਅੱਜ ਦੇ ਰੇਟ ਚ ਆਲਮੋਸਟ ਜਿਵੇਂ ਮੈਂ ਕਹਾ ਕਿ 70% ਤੱਕ ਕਾਲਜ ਐਡਮਿਸ਼ਨ ਦੇ ਰਹੇ ਨੇ ਔਰ ਕੀ ਕਹਿੰਦੇ ਮਤਲਬ ਕਿ 10 ਵਿੱਚੋਂ 7 ਕਾਲਜ ਐਡਮਿਸ਼ਨ ਦੇ ਰਹੇ ਕੁਝ ਕਾਲਜਸ ਨਹੀਂ ਵੀ ਦੇ ਰਹੇ ਐਡਮਿਸ਼ਨ ਸੋ ਪੀਟੀ ਵਾਲੇ ਬੱਚੇ ਜ਼ਿਆਦਾ ਰਿਜਿਡ ਨਾ ਹੋਣ ਕਿ ਉਸੇ ਕਾਲਜ ਚ ਹੀ ਮੈਂ ਜਾਣਾ ਬਟ ਜ਼ਿਆਦਾਤਰ ਕਾਲਜਸ ਤਾਂ ਐਡਮਿਸ਼ਨ ਦੇ ਰਹੇ ਨੇ ਬਿਲਕੁਲ ਠੀਕ ਹੈ ਜੀ ਸੋ ਪੀਟੀ ਦੇ ਨਾਲ ਵੀ ਅਗਨੀਸ਼ਨ ਸਟੂਡੈਂਟਸ ਨੂੰ ਚੰਗੇ ਕਾਲਜ ਚ ਸਰਕਾਰੀ ਕਾਲਜ ਚ ਮਿਲ ਰਹੀ ਹੈ ਸੋ ਜਸਮੀਤ ਜੀ ਨੇ ਬਹੁਤ ਇੰਪੋਰਟੈਂਟ ਟਿਪਸ ਨੇ ਜਿਹੜੇ ਸਟੂਡੈਂਟਸ ਨਾਲ ਸਾਂਝੇ ਕੀਤੇ ਨੇ ਫਿਰ ਵੀ ਕੋਈ ਕਨਫਿਊਜ਼ਨ ਹੈ 90413 90412 ਤੇ ਤੁਸੀਂ ਕਾਲ ਕਰਕੇ ਉਸ ਕਨਫਿਊਜ਼ਨ ਨੂੰ ਦੂਰ ਕਰੋ ਪਰਸਨਲੀ ਜਸਮੀਤ ਜੀ ਨੂੰ ਮਿਲੋ 12 ਤੋਂ 3 ਤੁਸੀਂ ਜਸਮੀਤ ਜੀ ਨੂੰ ਮਿਲ ਸਕਦੇ ਹੋ ਆਪਣੇ ਡਾਕੂਮੈਂਟਸ ਲੈ ਕੇ ਜਸਮੀਤ ਜੀ ਕੋਲੇ ਜਾਓ ਔਰ ਜ਼ਰੂਰ ਤੁਸੀਂ ਜਨਵਰੀ ਮਈ ਔਰ ਸੈਪਟੈਂਬਰ ਬਾਈ ਇਨਟੇਕ ਦੇ ਲਈ ਪੀਟੀ ਦੇ ਨਾਲ ਆਪਣੇ ਲਈ ਸੰਭਾਵਨਾਵਾਂ ਤਲਾਸ਼ ਸਕਦੇ ਹੋ ਸਲਾਹ مشورہ ਕਰ ਸਕਦੇ ਹੋ ਸੋ ਥੈਂਕ ਯੂ ਸੋ ਮੱਚ ਜਸਮੀਤ ਜੀ ਕੁਰੀਫੇਰ ਤੁਸੀਂ ਬਹੁਤ ਇੰਪੋਰਟੈਂਟ ਡਿਸਕਸ਼ਨ ਹੈ ਜਿਹੜੀ ਸਾਡੇ ਨਾਲ ਕੀਤੀ ਤੇ ਵਿਦਿਆਰਥੀਆਂ ਨੂੰ ਨਿਸ਼ਚਿਤ ਤੌਰ ਤੇ ਫਾਇਦਾ ਹੋਊਗਾ 9041390412 ਇਹ ਨੰਬਰ ਹੈ info@landmarkimmigration.com ਤੇ ਜਸਮੀਤ ਜੀ ਨੂੰ ਈਮੇਲ ਵੀ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਸਰ ਧੰਨਵਾਦ ਸਤਿ